ਉਹ ਆਏ ਚੰਗਾ ਵਾ ਆ ਨਸ਼ਈਆਂ ਦਾ ਕੋਲੋਂ ਕੀ ਨਿਕਲਿਆ ਆ ਨਸ਼ਈਆਂ ਦਾ ਉਠਾ ਕਰ ਸਾਰਾ ਸਮਾਨ ਭਾਈ ਪਿਛਲੇ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਇਹ ਲਗਾਤਾਰ ਚੋਰੀਆਂ ਕਰ ਰਿਹਾ ਸੀ ਤੇ ਗੁਰਦੇਵ ਢਿੱਲੋਂ ਦੇ ਪਰਿਵਾਰ ਚੋਂ ਸਰਦਾਰ ਜੋਗਾ ਸਿੰਘ ਸੋਢੀ ਢਿੱਲੋਂ ਤੇ ਬੱਗਾ ਕੋਚ ਲੱਗ ਗਏ ਸੀ ਇਹ ਉਦਣ ਦੇ ਪੈਰਵੀ ਕਰਨ ਡੇ ਇਹ ਚਾਰ ਪੰਜ ਦਿਨ ਪਹਿਲਾਂ ਵੀ ਚਾਰ ਬਾਥਰੂਮਾਂ ਦੀਆਂ ਟੂਟੀਆਂ ਲਾ ਕੇ ਤੇ ਜਾ ਚੁੱਕਾ ਸੀ ਤੇ ਅੱਜ ਇਹਦੀ ਤਾੜਨਾ ਕਰਦੇ ਰਹੇ ਤੇ ਇਹ ਅੱਜ ਕਾਬੂ ਆ ਗਿਆ ਤੇ ਅਸੀਂ ਜਿਹੜੇ ਕੁਆੜੀ ਵੀਰ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿਹੜਾ ਚੋਰੀ ਦਾ ਸਮਾਨ ਉਹ ਲੈਣਾ ਬੰਦ ਕਰਨ ਤੇ ਜੇ ਕੋਈ ਚੋਰੀ ਦਾ ਸਮਾਨ ਲਏਗਾ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਦੇ ਜੋ ਬਣਦੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਹੋਰ ਵੀ ਦੁਕਾਨਦਾਰ ਭਰਾਵਾਂ ਨੂੰ ਦੂਜਿਆਂ ਵੀਰਾਂ ਨੂੰ ਬੇਨਤੀ ਕਰਦੇ ਜੇ ਕੋਈ ਤੁਹਾਨੂੰ ਚੋਰੀ ਦਾ ਸਮਾਨ ਵੇਚਦਾ ਤੇ ਮੋਬਾਈਲ ਹੋਇਆ ਜਾਂ ਹੋਰ ਕੋਈ ਸਮਾਨ ਹੋਇਆ ਤਾਂ ਹੱਥ ਜੋੜ ਕੇ ਬੇਨਤੀ ਕਿ ਉਹ ਨਾ ਲੈਣ ਕਿਉਂਕਿ ਅਸੀਂ ਸਾਰੇ ਭਰਾ ਆਪਾਂ ਇੱਕੋ ਜਿਹੇ ਹਾਂ ਤੇ ਆਪਾਂ ਚੋਰਾਂ ਨੂੰ ਜੇ ਸਮਾਨ ਨਾ ਵਿਕੇਗਾ ਤਾਂ ਆਪੇ ਚੋਰੀਆਂ ਘਟਾਉਣਗੇ ਤੇ ਜਿਹੜੇ ਅਮਲੀਆਂ ਦਾ ਵਿਰੋਧ ਕਰੋ ਨਸ਼ੇ ਦਾ ਵਿਰੋਧ ਕਰੋ ਚੋਰੀਆਂ ਕਰਨ ਵਾਲਿਆਂ ਦਾ ਸਾਥ ਨਾ ਦਿਓ ਇਹ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਚੋਰ ਜਿਹੜਾ ਚੋਰੀ ਕਰਦਾ ਤਾਂ ਨਸ਼ਾ ਕਰਦਾ ਤੇ ਚਾਹੇ ਨਸ਼ਾ ਵੇਚਦਾ ਉਹਦਾ ਡਟ ਕੇ ਵਿਰੋਧ ਕਰੋ ਨਡਾਲੇ ਦੇ ਆਲੇ ਦੁਆਲੇ ਜਿਹੜਾ ਨਸ਼ਾ ਕਰ ਰਿਹਾ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਉਹ ਕੰਟਰੋਲ ਕਰੇ ਤੇ ਜਿਹੜੀ ਚੋਰੀਆਂ ਹੋ ਰਹੀਆਂ ਉਹਨਾਂ ਤੇ ਕੰਟਰੋਲ ਕਰੇ ਜਿਹੜਾ ਚੋਰ ਕਾਬੂ ਕੀਤਾ ਗਿਆ ਹਵਾਲੇ ਪੁਲਿਸ ਵੱਲੋਂ ਕੀ ਭਰੋਸਾ ਦਿੱਤਾ ਗਿਆ ਪੁਲਿਸ ਵਾਲੇ ਕਹਿੰਦੇ ਕਿ ਹੁਣ ਇਹਦੇ ਅਸੀਂ ਤਫਤੀਸ਼ ਕਰਦੇ ਹਾਂ ਅੱਜ ਰਾਤ ਤੇ ਫਿਰ ਬਾਕੀਆਂ ਨੂੰ ਸਵੇਰੇ ਉਹਨਾਂ ਨੇ 10 ਵਜੇ ਆਖਿਆ ਤਾਂ ਅਸੀਂ ਸਵੇਰੇ ਆ ਕੇ ਇਹਨਾਂ ਫਿਰ ਪੁੱਛਾਂਗੇ ਕੀ ਪੜਤਾਲ ਕੀਤੀ ਇਹਨਾਂ ਤੇ ਕੀ ਜਾਂਚ ਪਤਾ ਲੱਗਾ ਤੇ ਸਵੇਰੇ ਦੱਸ ਦਿਓ ਮੰਗ ਕੀ ਕਰਦੇ ਹੋ ਤੁਸੀਂ ਇਹ ਮੰਗ ਕਰਦੇ ਆ ਕਿ ਇਹਦੇ ਜਿਹੜੇ ਕਿਉਂਕਿ ਇਹ ਬੰਦਾ ਸੈਦਪੁਰ ਦਾ ਜੀ ਤੇ ਸੈਦਪੁਰ ਦਾ ਤੇ ਜਿੱਥੇ ਚੋਰੀ ਕਰ ਰਿਹਾ ਤੀਜੇ ਚੌਥੀ ਹਾਰੀ ਪੰਜਵੀਂ ਹਾਰੀ ਚਾਰ ਅੱਗੇ ਕਰ ਗਿਆ ਇਹ ਪੰਜਵੀਂ ਹਾਰੀ ਆਇਆ ਤੇ ਇਹਨੂੰ ਤਿੰਨ ਘਰ ਟੱਪ ਕੇ ਤੇ ਚੌਥੇ ਘਰ ਜਾ ਕੇ ਚੋਰੀ ਕਰਨ ਡਿਆ ਇਹਨੂੰ ਕਿਵੇਂ ਪਤਾ ਇਹਦੇ ਨਾਲ ਕੋਈ ਨਾ ਕੋਈ ਬੰਦਾ ਜਿਹੜਾ ਜਾਣਕਾਰ ਹੈ ਚਾਹੇ ਲੋਕਲ ਹੈ ਕੋਈ ਬੰਦਾ ਇਹਦੇ ਚ ਹੈਗਾ ਇਨਵੋਲਵ ਤਾਂ ਅਸੀਂ ਇਹ ਕਹਿੰਦੇ ਕਿ ਪੜਤਾਲ ਕਰਕੇ ਉਹ ਬੰਦੇ ਨੂੰ ਵੀ ਨਾਲ ਸਾਹਮਣੇ ਆਵੇ ਜਿਹੜੇ ਚੋਰ ਆ ਉਹ ਫੜੇ ਜਾਣ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਵਜੇ ਕਾਬੂ ਆਇਆ ਤੇ ਕਿਵੇਂ ਕਾਬੂ ਆ ਕਿੱਦਾਂ ਪਤਾ ਲੱਗਿਆ ਇਹਦਾ ਇਹ ਤਕਰੀਬਨ 6:30 ਵਜੇ ਨਾਲ ਕਾਬੂ ਆਇਆ ਤੇ ਮੈਨੂੰ ਬੱਗੇ ਦਾ ਕੋਚ ਆਪਣਾ ਵੀਰ ਛੋਟਾ ਉਹਦਾ ਫੋਨ ਗਿਆ ਸੀ ਤੇ ਉਹਨਾਂ ਨੇ ਦੱਸਿਆ ਤੇ ਉਦੋਂ ਹੀ